ਸਤਸ੍ਰੀ ਅਕਾਲ ਜੀ ਮੈਂ ਗੁਰਿੰਦਰ ਸਿੰਘ ਕੋਟਕਪੂਰਾ ਰੋਜ਼ਾਨਾ ਤੁਹਾਨੂੰ ਨਵੀਆਂ ਤੋਂ ਨਵੀਆਂ ਸ਼ਖਸੀਅਤਾਂ ਦੇ ਰੂਬਰੂ ਕੀਤਾ ਜਾਂਦਾ ਹੈ ਅੱਜ ਸਾਡੇ ਕੋਟਕਪੂਰੇ ਇਲਾਕੇ ਦੀ ਇੱਕ ਗਾਇਕੀ ਦੇ ਖੇਤਰ ਨਾਲ ਜੁੜੀ ਸ਼ਖਸੀਅਤ ਦਰਸ਼ਨਜੀਤ ਕੋਟਕਪੂਰਾ ਉਹ ਸਟੂਡੀਓ 'ਚ ਪਹੁੰਚੇ ਨੇ ਪਹਿਲਾਂ ਆਪਾਂ ਰਸਮੀ ਤੌਰ ਤੇ ਉਹਨਾਂ ਨੂੰ ਜੀ ਆਇਆਂ ਆਖੇ ਦਰਸ਼ਨਜੀਤ ਜੀ ਸਟੂਡੀਓ ਤੇ ਪਹੁੰਚਣ ਲਈ ਤੁਹਾਡਾ ਸਵਾਗਤ ਹੈ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਪੂਰੀ ਟੀਮ ਦਾ ਪੂਰੀ ਪ੍ਰਬੰਧਕ ਟੀਮ ਦਾ ਔਰ ਤੁਹਾਡਾ ਅੰਦਰ ਮੈਂਦੀ ਰਤਾ ਜੀ ਤੁਹਾਡਾ ਬਹੁਤ-ਬਹੁਤ ਮੈਂਦੀ ਦਾ ਸਵਾਗਤ ਹੈ ਮਿਹਰਬਾਨੀ ਮਿਹਰਬਾਨੀ ਦਰਸ਼ਨ ਜੀ ਜੀ ਗਾਇਕੀ ਦੇ ਖੇਤਰ ਚ ਕਾਫੀ ਨਾਮਨਾ ਖੜ ਚੁੱਕੇ ਨੇ ਇਹਨਾਂ ਦਾ ਨਾਮ ਕੋਈ ਜਾਣ-ਪਛਾਣ ਦਾ ਮਹਤਾਜ ਨਹੀਂ ਕਿਉਂਕਿ ਕੋਟ ਪੂਰੇ ਦਾ ਨਾਮ ਇਹਨਾਂ ਨੇ ਦੁਨੀਆ ਦੇ ਕੋਨੇ-ਕੋਨੇ ਚ ਚਮਕਾਇਆ ਕੋਨੇ-ਕੋਨੇ ਚ ਬੈਠੇ ਜਿਹੜੇ ਪੰਜਾਬੀ ਨੇ ਉਹ ਇਹਨਾਂ ਦੇ ਗੀਤਾਂ ਦੀ ਬੜੀ ਉਤਸੁਕਤਾ ਨਾਲ ਉਡੀਕ ਕਰਦੇ ਰਹਿੰਦੇ ਨੇ ਆਪਣੇ ਇਸ ਵਿਸ਼ੇ ਤੇ ਅੱਜ ਗੱਲਾਂ ਬਾਤਾਂ ਹੋਣੀਆਂ ਨੇ ਗਾਇਕੀ ਖੇਤਰ ਦੇ ਵਿੱਚ ਜਿਹੜੀ ਅਸ਼ਲੀਲਤਾ ਲਚਰਤਾ ਜਾਂ ਹਿੰਸਾਵਾਦ ਹੈ ਉਹਨਾਂ ਨੂੰ ਛੱਡ ਕੇ ਕੀ ਆਪਾਂ ਇਹੋ ਜਿਹਾ ਕੀਤਾ ਜਾਂ ਇੱਕ ਛੱਲੀ ਤੁਹਾਡਾ ਸੱਚ ਛੱਲੀ ਗੀਤ ਰਿਆ ਚਰਚਾ ਚ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਹਾਂਜੀ ਉਹ ਅੱਜ ਤੋਂ ਤੁਸੀਂ ਦੇਖ ਰਹੇ ਹੋ ਵੀ ਇੱਕ ਕਿਸਾਨੀ ਮੁੱਦਾ ਬਹੁਤ ਵੱਡੇ ਲੈਵਲ ਤੇ ਇੱਕ ਫੈਲ ਚੁੱਕਾ ਹੈ ਪੂਰੇ ਕਿਸਾਨਾਂ ਨੇ ਬਹੁਤ ਪਸੰਦ ਕੀਤਾ ਹਾਂਜੀ ਹਾਂਜੀ ਹਿੰਦੁਸਤਾਨ ਦੇ ਵਿੱਚ ਪੂਰਾ ਕਿਸਾਨ ਨਹੀਂ ਬਲਕਿ ਸਾਰੇ ਜਿਹਨਾਂ ਜਿਨ੍ਹਾਂ ਕੋਲ ਜ਼ਮੀਨਾਂ ਹੈ ਜਾਂ ਜਿਹਨਾਂ ਕੋਲੇ ਨਹੀਂ ਨੇ ਉਹ ਸਾਰੇ ਪਰੇਸ਼ਾਨ ਨੇ ਕਿਉਂਕਿ ਇੱਕ ਕੀੜੀ ਤੋਂ ਲੈ ਕੇ ਹਾਥੀ ਤੱਕ ਅੰਨ ਪਹੁੰਚਾਉਣ ਵਾਲਾ ਇੱਕ ਕਿਸਾਨ ਹੀ ਹੈ ਉਹਨੂੰ ਉਸ ਮੁੱਦੇ ਤੇ ਇੱਕ ਗਾਣਾ ਸੀ ਕੀਤਾ ਸੀਗਾ ਡਾਕਟਰ ਕੇਵਲ ਅਰੋੜਾ ਜੀ ਦਾ ਲਿਖਿਆ ਗਾਣਾ ਔਰ ਉਹ ਰਿਲੀਜ਼ ਕੀਤਾ ਸੀ ਗਾਣਾ ਲੈ ਕੇ 2 ਰੁਪਏ ਦੀ ਛੱਲੀ ਜੱਟ ਤੋਂ ਮਾਲ ਚ ਵਿਕੂ 82 ਦੀ ਕਿ 2 ਰੁਪਏ ਦੀ ਖਰੀਦ ਕੇ ਮਾਲ ਚ 82 ਰੁਪਏ ਦੀ ਵੇਚਦੀ ਹੈ ਉਹਨੂੰ ਬਹੁਤ ਸਾਰਾ ਰਿਸਪੌਂਸ ਬਹੁਤ ਅੱਛਾ ਲੋਕੀ ਇਹਨੂੰ ਪਸੰਦ ਕਰ ਰਹੇ ਨੇ ਦੋਕ ਲੈਣਨ ਸੁਣਾ ਵੀ ਦੇ ਉਸ ਰੋਤੇ ਮਨਾਂ ਸੰਜਿਆ ਕਰ ਲਓ ਖੇਤੀ ਬਿਲਾ ਤੋਂ ਬਾਅਦ ਦੀ ਦੁਨੀਆ ਖੇਤੀ ਬਿਲਾ ਤੋਂ ਬਾਅਦ ਦੀ ਦੁਨੀਆ ਮਨ ਵਿੱਚ ਜਦੋਂ ਕਿਆਸੀ ਦੀ ਲੈ ਕੇ ਦੋ ਦੀ ਛੱਲੀ ਜੱਟ ਤੂੰ ਮਾਲਚ ਵੀ ਕੁਬਿਆਸੀ ਦੀ ਉਹ ਲੈ ਕੇ 2 ਰੁਪਏ ਦੀ ਛੱਲੀ ਜੱਟ ਤੂੰ ਮਾਲ ਚ ਵਿਕੂ ਬਿਆਸੀ ਦੀ ਬਹੁਤ ਵਧੀਆ ਦਰਸ਼ਨਜੀਤ ਜੀ ਪਿੱਛੇ ਜੇ ਨਾ ਤੁਸੀਂ ਕਿਸਾਨੀ ਧਰਨਾਂ ਤੇ ਫਿਲਮੀ ਅਦਾਕਾਰ ਜੋਗਰਾਜ ਨੂੰ ਵੀ ਬੁਲਾਇਆ ਸੀ ਬਿਲਕੁਲ ਜੀ ਉਸ ਵੇਲੇ ਵੀ ਤੁਹਾਡੇ ਸਾਰੇ ਜਿੰਨੇ ਵੀ ਗਾਇਕੀ ਦੇ ਖੇਤਰ ਨਾਲ ਜੁੜੇ ਹੋਏ ਨੇ ਤੁਹਾਡੇ ਸਾਰਿਆਂ ਦੇ ਮਨ ਚ ਨਾ ਦਰਦ ਦੇਖਿਆ ਗਿਆ ਬਿਲਕੁਲ ਇੱਕ ਸਾਰਾ ਐਉਂ ਹੈ ਵੀ ਇੱਕ ਕਲਾਕਾਰ ਜੇ ਮੰਨ ਲਓ ਕਿਸਾਨ ਖੁਸ਼ ਹੈ ਕਿਸਾਨ ਖੁਸ਼ਹਾਲ ਆ ਤੇ ਸਾਰੇ ਖੁਸ਼ਹਾਲ ਆ ਤੇ ਫੇਰ ਹੀ ਕਲਾਕਾਰਾਂ ਦੇ ਪ੍ਰੋਗਰਾਮ ਲੱਗਣੇ ਨੇ ਫੇਰ ਹੀ ਪ੍ਰੋਗਰਾਮ ਚੰਗੇ ਲੱਗਣਗੇ ਜੇ ਮੰਨ ਲਓ ਕਿਸਾਨ ਸਹੀ ਹੈ ਇਸ ਕਰਕੇ ਜ਼ਰੂਰੀ ਨਹੀਂ ਵੀ ਪ੍ਰੋਗਰਾਮਾਂ ਕਰਕੇ ਪਰ ਕਲਾਕਾਰਾਂ ਨੂੰ ਹਮੇਸ਼ਾ ਦਰਦ ਰੰਦਾ ਕੋਈ ਵੀ ਮੁੱਦਾ ਹੁੰਦਾ ਪਰ ਕਲਾਕਾਰਾਂ ਦੇ ਨਾਲ ਇੱਕ ਯੂਥ ਇੱਕ ਜੁੜ ਜਾਂਦਾ ਔਰ ਇਸ ਵਾਰ ਤੁਹਾਨੂੰ ਵੇਖਣ ਨੂੰ ਮਿਲਿਆ ਹੋਗਾ ਕਿ ਯੂਥ ਬਹੁਤ ਅੱਗੇ ਆ ਰਿਹਾ ਯੂਥ ਦੇ ਕਰਕੇ ਹੀ ਬਹੁਤ ਧਰਨਾ ਵਿੱਚ ਤੁਸੀਂ ਵੇਖਿਆ ਹੋਣਾ ਯੂਥ ਪੂਰੀ ਮਤਲਬ ਸਮਝ ਰਖ ਰਿਹਾ ਪੂਰੀ ਇਸ ਵਾਰ ਨਹੀਂ ਤੁਹਾਡਾ ਕਲਾਕਾਰ ਜਿਹੜੀ ਟੀਮ ਹੈ ਖੇਤਰ ਉਹ ਸਾਰੇ ਜੁੜ ਗਏ ਬਿਲਕੁਲ ਸਰ ਕਿਸਾਨੀ ਮੰਗਾਂ ਦੇ ਨਾਲ ਸਾਰੇ ਸਹਿਮਤ ਹੋ ਗਏ ਬਿਲਕੁਲ ਉਸ ਦਿਨ ਜੋਗਰਾਜ ਜੀ ਵੀ ਬੋਲੇ ਬੜਾ ਦਰਦ ਸੀ ਜਾਂ ਜਿੰਨੇ ਵੀ ਤੁਹਾਡੇ ਗਾਇਕ ਹਨ ਭਾਵੇਂ ਤੁਸੀਂ ਗੀਤ ਦੇ ਰੂਪ ਚ ਗੱਲਾਂ ਕੀਤੀਆਂ ਮੈਂ ਸਾਰਾ ਸੁਣਿਆ ਬਿਲਕੁਲ ਯੂਥ ਵੀ ਬੜੇ ਧਿਆਨ ਨਾਲ ਉਹਨਾਂ ਨੇ ਆਪਣਾ ਸਾਰ ਰੋਕ ਕੇ ਵੀ ਸੁਣਿਆ ਪਰ ਤੁਹਾਡੇ ਚਲੇ ਜਾਣ ਤੋਂ ਬਾਅਦ ਸਾਰੇ ਉੱਠ ਕੇ ਤੁਰ ਗਏ ਹਾਂਜੀ ਧਰਨਾ ਉਹ じゃ ਰਹਿ ਨਹੀਂ ਚਲੋ ਤੁਸੀਂ ਇਸੇ ਤਰ੍ਹਾਂ ਜਿਵੇਂ ਛੱਲੀ ਵਾਲਾ ਸੁਣਾਇਆ ਇਸ ਤਰ੍ਹਾਂ ਦਾ ਇੱਕ ਕਣਕ ਵੀ ਆਇਆ ਸੀ ਤੁਹਾਡਾ ਹਾਂਜੀ ਹਾਂਜੀ ਹਾਂ ਉਹ ਵੀ 2:00 17 ਪਸੰਦੀਆਂ ਕਰ ਲਈਏ ਜੇੜਾ ਹੁਬ ਦਾ ਸੀ ਵੇਖ ਕੇ ਵਸਾਖੀ ਆਉਣ ਵਾਲੀਆ ਚਾਵਾਂ ਦਾ ਫਸਲ ਪੁੱਤਾ ਵਾਂਗੂ ਜੀਨੇ ਪਾਲਿਆ ਧੀ ਦੇ ਵਾਤੇ ਦੇ ਡਿ ਚੁੱਕੀ ਸੀ ਲਿਮਟ ਓਣੂ ਮੋੜਨੇ ਦਾ ਸੁਪਨਾ ਤਬਾਹ ਹੋ ਗਿਆ ਮਿੱਟੀ ਨਾਲੇ ਮਿੱਟੀ ਹੋਇਆ ਫਿਰਦਾ ਸੀ ਜੱਟ ਸੜੀ ਕਣਕ ਤੇ ਨਾਲ ਹੀ ਸਵਾ ਹੋ ਗਿਆ ਮਿੱਟੀ ਨਾਲ ਹੀ ਮਿੱਟੀ ਹੋਇਆ ਫਿਰਦਾ ਸੀ ਜੱਟ ਸੜੀ ਕਣਕ ਤੇ ਨਾਲ ਹੀ ਸਵਾ ਹੋ ਗਿਆ ਹਾਏ ਬਹੁਤ ਦਰਦ ਆ ਬਹੁਤ ਦਰਦ ਆ ਇਹਦੇ ਵਿੱਚ ਮੈਂ ਸਾਰਾ ਸੁਣਿਆ ਹੋਇਆ ਛੱਲੀ ਵੀ ਤੁਹਾਡਾ ਪੂਰਾ ਸੁਣਿਆ ਮੈਂ ਕਣਕ ਵੀ ਸੁਣਿਆ ਇੱਕ ਤਾਂ ਤੁਹਾਡਾ ਇਹ ਆਪਣੇ ਦਰਸ਼ਕ ਜਾਣਨਾ ਚਾਹੁੰਦੇ ਨੇ ਰੁਚੀ ਕਿਵੇਂ ਬਣੀ ਗਾਇਕੀ ਦੇ ਖੇਤਰ ਵਾਲੇ ਪਾਸੇ ਇਸਰ ਬਚਪਨ ਤੋਂ ਸਾਡੇ ਘਰ ਤੇ ਸੀ ਮੇਰੇ ਡੈਡੀ ਜੀ ਤੁ ਵੀ ਭਜਾਉਂਦੇ ਹੁੰਦੇ ਸੀ ਕਿਉਂਕਿ ਉਹਨਾਂ ਨੂੰ ਸ਼ੌਂਕ ਸੀ ਮੇਰਾ ਪੁੱਤਰ ਵੀ ਗਾਵੇ ਔਰ ਸਾਡੇ ਘਰ ਤੇ ਸੀ ਜਿਵੇਂ ਮੇਰੇ ਤਾਇਆ ਜੀ ਦੇ ਬੇਟੇ ਮੇਰੇ ਉਸਤਾਦ ਜਨਾਬ ਭੋਲਾ ਜਮਲਾ ਜੀ ਤੇ ਉਹਨਾਂ ਤੋਂ ਉਹਨਾਂ ਨਾਲ ਰਹਿ ਰਹਿ ਕੇ ਉਹਨਾਂ ਨਾਲ ਗਾਉਣਾ ਸ਼ੁਰੂ ਕੀਤਾ ਹੌਲੀ ਹੌਲੀ ਉਹ ਉਸਤਾਦ ਨੇ ਮੇਰੇ ਇਸ ਖੇਤਰ ਦੇ ਤੇ ਬਚਪਨ ਤੋਂ ਰੁਚੀ ਬਸ ਬਣਦੀ ਬਣਦੀ ਇਸ ਕਿੱਤੇ 'ਚ ਬਦਲ ਗਈ ਸੀ ਉਹ ਇਹ ਮਰਖਾ ਤੁਸੀਂ ਜਦੋਂ ਪੜ੍ਹਦੇ ਹੁੰਦੇ ਸੀ ਇੱਕ ਫੇਸਬੁੱਕ ਤੇ ਤੁਸੀਂ ਪੋਸਟ ਕੀਤੀ ਸੀ ਨਾ ਸ਼ਾਇਰ ਬਿਲਕੁਲ ਮੈਂ ਇੱਕ ਮਾਈਆ ਕਹੋਂਦਾ ਸੀਗਾ ਬਚਪਨ ਦੇ ਵਿੱਚ ਉਹ ਜਿੱਥੇ-ਕਿੱਥੇ ਮੈਨੂੰ ਸਾਰੇ ਜਨੇ ਮਾਈਏ ਕਹੇ ਲਾਪੀ ਸੀ ਓ ਰਿਆ ਮਾਈਆ ਦਿੱਤੇ-ਕਿੱਥੇ ਮੈਨੂੰ ਟੀਚਰਾਂ ਨੇ ਬੁਲਾਣਾ ਓ ਰਿਆ ਓਏ ਮਾਈਆ ਕੰਮ ਕੀਤਾ ਕਿ ਨਹੀਂ ਅੱਜ ਤੂੰ ਸਕੂਲ ਦਾ ਤੇ ਉਹ ਬਚਪਨ ਦੇ ਵਿੱਚ ਜਦੋਂ ਉਹੀ ਥਾਂ-ਥਾਂ ਤੇ ਮੈਂ ਇੱਕ ਗੀਤ ਮੈਨੂੰ ਆਉਂਦਾ ਸੀਗਾ ਤੇ ਇੱਕ ਮੈਂ ਹੰਸਰਾ ਜਹੰਸ ਜੀ ਦਾ ਗਾਣਾ ਗਾਉਂਦਾ ਸੀਗਾ ਇਹ ਸੁਣੀ ਮਾਲਕਾ ਮੇਰੀ ਕੋ ਗਪਵੀਹ ਵਾਲੀ ਉਹ ਮੈਂ ਇੰਨਾ ਕ ਗਾਇਆ ਬਹੁਤ ਜ਼ਿਆਦਾ ਜਿੱਤੇ ਕਿਉਂਕਿ ਮੈਨੂੰ ਦੋ ਗਾਣੇ ਹੁੰਦੇ ਸੀ ਨਿੱਕੇ ਹੁੰਦੇ ਨੂੰ ਬਚਪਨ ਦੇ ਯਾਦ ਹੀ ਦੋ ਗਾਣੇ ਹੋਏ ਸੀਗੇ ਜਿੱਥੇ-ਕਿੱਥੇ ਤੇ ਸ਼ਾਇਦ ਮਾਲਕ ਨੇ ਉਹ ਮੇਰੀ ਕੂਕ ਪਪੀਹ ਵਾਲੀ ਹੁਣ ਸੁਣ ਲਈਏ ਨਹੀਂ ਇੱਕ ਤਾਂ ਤੁਹਾਡੇ ਦਰਸ਼ਨ ਜੀ ਜੀ ਇਹ ਕੋਵਿਡ 19 ਦੌਰਾਨ ਵੀ ਜਦੋਂ ਕਰੋਨਾ ਵਾਇਰਸ ਦੀ ਕਰੋਪੀ ਦੇ ਸੰਕਟ ਚ ਸਾਰੇ ਫਸੇ ਹੋਏ ਸੀ ਤੁਹਾਡਾ ਇੱਕ ਜੁਗਨੀ ਆਇਆ ਸੀ ਉਹ ਗੀਤੀ ਕਾਫੀ ਮਕਬੂਲ ਹੋਇਆ ਉਹ ਵੀ ਲੋਕ ਸਤਰਾ ਕਰ ਲਈ ਸੰ ਹਾਂਜੀ ਹਾਂਜੀ ਜ਼ਰੂਰ ਜ਼ਰੂਰ ਹੋ ਜੁਗਨੀ ਜਦੋਂ ਸ਼ਹਿਰ ਨੂੰ ਜਾਵੇ ਉਜਗਣੀ ਜਦੋਂ ਸ਼ਹਿਰ ਨੂੰ ਜਾਵੇ ਮੂੰਹ ਤੇ ਮਾਸਕ ਪਾ ਕੇ ਜਾਵੇ ਜੁਗਣੀ ਜਦੋਂ ਸ਼ਹਿਰ ਨੂੰ ਜਾਵੇ ਮੂੰਹ ਤੇ ਮਾਸਕ ਪਾ ਕੇ ਜਾਵੇ ਕਿਸੇ ਨਾਲ ਨਾ ਹੱਥ ਮਿਲਾਵੇ ਓ ਬਿਰ ਮੇਰੇ ਓ ਜੁਗਣੀ ਬਿਰ ਮੇਰੇ ਨਾਲ ਜੁਗਣੀ ਪਿੱਤਲ ਦੀਏ ਘਰੋਂ ਬਾਹਰ ਨਾ ਇਹ ਘਰੋਂ ਬਾਹਰ ਨਾ ਨਿਕਲਦੀ ਏ ਘਰੋਂ ਬਾਹਰ ਨਾ ਇਹ ਘਰੋਂ ਬਾਹਰ ਨਾ ਨਿਕਲਦੀ ਹੋ ਇਹਦਾ ਜਦੋਂ ਤੁਹਾਡਾ ਜੁਗਨੀ ਗੀਤ ਸੁਣ ਰਹੇ ਸੀ ਨਾ ਉਦੋਂ ਤੁਹਾਡਾ ਬੜਾ ਕਿਤੇ ਪੁਲਿਸ ਵਾਲਿਆਂ ਨਾਲ ਖੜਿਓ ਕਿਤੇ ਤੁਸੀਂ ਡਾਕਟਰਾਂ ਨਾਲ ਖੜਿਓ ਕਿਤੇ ਸਮਾਜ ਸੇਵੀਆਂ ਨਾਲ ਖੜਿਓ ਉਦੋਂ ਤਾਂ ਮਿਹਨਤ ਬੜੀ ਕਰਨੀ ਪਈ ਤੁਹਾਨੂੰ ਨਹੀਂ ਸਰ ਮਿਹਨਤ ਤਾਂ ਕੋਈ ਵੀ ਕੰਮ ਆਪਾਂ ਕਰਦੇ ਆ ਮਿਹਨਤ ਤਾਂ ਕਰਨੀ ਬਿਨਤ ਬਿਨਾ ਫਲ ਤਾਂ ਮਿਲਦਾ ਹੀ ਨਹੀਂ ਪਰ ਉਦੋਂ ਇੱਕ ਲਾਕਡਾਊਨ ਸੀ ਤੇ ਉਦੋਂ ਸ਼ੂਟਿੰਗ ਸਾਰੀਆਂ ਬੰਦ ਸੀਗੀਆਂ ਕਿਉਂਕਿ ਉੱਪਰੋਂ ਆਰਡਰ ਸੀਗੇ ਬੜੀ ਸਖਤੀ ਨਾਲ ਫਿਰ ਅਸੀਂ ਇੱਕ ਆਈਫੋਨ ਲਿਆ ਆਈਫੋਨ ਦੇ ਵਿੱਚ ਜਾ ਜਾ ਕੇ ਉਹਨਾਂ ਨੂੰ ਰਿਕਵੈਸਟ ਕਰਕੇ ਵੀ ਸਰ ਵੀ ਅਸੀਂ ਹਸਪੀਟਲ ਚ ਬਣਾਉਣੀ ਆ ਵੀਡੀਓ ਜਾਂ ਡੀਐਸਪੀ ਸਾਹਿਬ ਸਰਦਾਰ ਬਲਕਾਰ ਸਿੰਘ ਜੀ ਆਪਣੇ ਉਹਨਾਂ ਨਾਲ ਉਹਨਾਂ ਰਿਕਵੈਸਟ ਕੀਤੀ ਉਹਨਾਂ ਨੇ ਸਾਰਿਆਂ ਨਾਲ ਸਾਥ ਦਿੱਤਾ ਸਾਡਾ ਫਿਰ ਇੱਕ ਮੈਸੇਜ ਸੀਗਾ ਜੀ ਬਹੁਤ ਵਧੀਆ ਤਾਂ ਸੁੱਖ ਹੈ ਮੰਨ ਜਾਂਦੇ ਸਾਰੇ हां जी हां ਜਦੋਂ ਆਪਾਂ ਕੋਈ ਨੇਕ ਤੁਹਾਡਾ ਵਿਸ਼ਵਾਸ ਬਣਾ ਹੋਇਆ ਫੇਥ ਦੀ ਗੱਲ ਹੈ ਨਹੀਂ ਤਾਂ ਅਗਲਾ ਕਹਿੰਦਾ ਪਹਿਲਾਂ ਸੁਣਾਓ ਜੀ ਇਹਦੇ ਚ ਤਰਾਜਯੋਗ ਨਾ ਹੋਵੇ ਸਾਡੇ ਨੌਕਰੀ ਦਾ ਸਵਾਲ ਹੈ ਹਾਂ ਜੀ ਹਾਂ ਜੀ ਡਰਦੇ ਨੇ ਲੋਕ ਇੱਕ ਨਸ਼ਿਆਂ ਬਾਰੇ ਵੀ ਤੁਹਾਡਾ ਆਇਆ ਸੀ ਗੀਤ ਸੂਟਾ ਕਿ ਕੀ ਨਾਂ ਸੀ ਉਹਦਾ ਤੁਸੀਂ ਨਸ਼ਿਆਂ ਬਾਰੇ ਨੌਜਵਾਨਾਂ ਨੂੰ ਵੀ ਬਿਲਕੁਲ ਬਿਲਕੁਲ ਸਰ ਲੋਕ ਸਤਰਾ ਕਰ ਲਈ ਸੰਜ ਜਿੰਨੀਆਂ ਵੀ ਮੇਰੇ ਗਾਣੇ ਨੇ ਹਜੇ ਤੱਕ ਤਾਂ ਮੈਂ ਕੋਈ ਹੋਰ ਗਾਣਾ ਗਾਇਆ ਨਹੀਂ ਮੈਂ ਪਹਿਲਾਂ ਵੀ ਇੱਕ ਗੱਲ ਕੀਤੀ ਹੈ ਉਹਦੇ ਵਿੱਚ ਗਾਣੇ ਵਿੱਚ ਇੱਕ ਮੈਸੇਜ ਕੁਛ ਨਾ ਕੁਛ ਹੁੰਦਾ ਹੈ ਤੇ ਉਹ ਗਾਣਾ ਸੀ ਵਧੀਆ ਲੋਕਾਂ ਨੇ ਪਸੰਦ ਕੀਤਾ ਸੁਪਰ ਡੋਬਰ ਹਿੱਟ ਕਰਤਾ ਮੈਨੂੰ ਇੰਨੀ ਆਸ ਨਹੀਂ ਸੀ ਕਿ ਉਹ ਗਾਣਾ ਇੰਨਾ ਹਿੱਟ ਹੋਗਾ ਕਿਉਂਕਿ ਉਹਦੇ ਵਿੱਚ ਬਹੁਤ ਵੱਡਾ ਮੈਸੇਜ ਹੈ ਕਿ ਜਿਹੜੇ ਰੀਸ ਫੱਕਰ ਦੀ ਕਰਦੇ ਜਿਹੜੇ ਰੀਸ ਸ਼ੰਕਰ ਦੀ ਕਰਦੇ ਉਹ ਸਭ ਝੂਠੇ ਨੇ ਸਾਰੀ ਦੁਨੀਆ ਝੂਮ ਲਾਤੀ ਚੰਦਰੇ ਸੂਟੇ ਨੇ ਉਹ ਕਿਉਂਕਿ ਇੱਕ ਨਸ਼ੇ ਤੇ ਸਾਰੀ ਅੱਜਕੱਲ ਦੀ ਜਿਹੜੀ ਨੌਜਵਾਨ ਪੀੜੀ ਹੈ ਕਿਉਂਕਿ ਮੈਂ ਬਹੁਤ ਜ਼ਿਆਦਾ ਬਦਨਾਮ ਨਹੀਂ ਕਰੂੰਗਾ ਨੌਜਵਾਨ ਪੀੜੀ ਨੂੰ ਕੁਝ ਕੁ ਪਰਸੈਂਟ ਹੈ ਕੁਝ ਕੁ ਆਪਣੇ ਪੋਲਟਿਕਸ ਲਾ ਲੋ ਜਿਵੇਂ ਮਰਜ਼ੀ ਲਾ ਲੋ ਉਹਨਾਂ ਬਦਨਾਮ ਕਰਦੇ ਆ ਯੂਥ ਨੂੰ ਯੂਥ ਤੁਸੀਂ ਵੇਖਿਆ ਹੋਣਾ ਉਹਨਾਂ ਧਰਨਾ ਵਿੱਚ ਵੀ ਮੋਰੀ ਨੇ ਨਹੀਂ ਕੋ ਪੋਲਟਿਕਸ ਨੂੰ ਬਦਨਾਮ ਕਰਨ ਦਾ ਹੋਰ ਨਜ਼ਰੀਆ ਹੈ ਉਹਦਾ ਕਾਰਨ ਹੈ ਰੀਜ਼ਨ ਹੈ ਉਹ ਜਿਹੜੀ ਪੋਲਟਿਕਸ ਹੈ 77 ਸਾਲ ਹੋ ਗਏ ਸਾਡਾ ਦੇਸ਼ ਆਜ਼ਾਦ ਹੋਏ ਨੂੰ ਜੇਕਰ ਉਹ ਰੁਜ਼ਗਾਰ ਦੇ ਮੌਕੇ ਪੈਦਾ ਕਰੇ ਬਿਲਕੁਲ ਇੱਕ ਨੌਜਵਾਨ ਹੈ ਉਹਦੇ ਹੱਥ ਦੇ ਵਿੱਚ ਟਿਫਨ ਹੋਵੇ ਡਿਊਟੀ ਤੇ ਚੱਲਿਆ ਸ਼ਾਮ ਨੂੰ ਉਹੀ ਟਿਫਨ ਰੋਟੀ ਵਾਲਾ ਖਾਲੀ ਹੈ ਜਦੋਂ ਰੋਜ਼ਗਾਰ ਦੇ ਮੌਕੇ ਹੀ ਕੋਈ ਨਹੀਂ ਅੱਜ ਕੋਟਪੂਰੇ ਦਾ ਤੁਸੀਂ ਲਾ ਲਓ ਸਾਨੂੰ ਸੀਵਰੇਜ ਵਾਲਾ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ ਪਾਣੀ ਨਿਕਾਸੀ ਦੀ ਸਮੱਸਿਆ ਹੱਲ ਨਹੀਂ ਹੋ ਰਹੀ ਸੀਵਰੇਜ ਦਾ ਪ੍ਰਬੰਧ ਠੱਪ ਹੋਇਆ ਪਿਆ ਕਹਿੰਦੇ ਸਟਰੀਟ ਲਾਈਟਾਂ ਕਰਾਂਗੇ ਇਹਨਾਂ ਗੱਲਾਂ ਕਰਕੇ ਦੇਖੋ ਗਵਰਨਮੈਂਟ ਜ਼ਿੰਮੇਵਾਰਤਾ ਹੈ 5 ਸਾਲ ਬਾਅਦ ਆਉਂਦੇ ਨੇ ਗੁੰਮਰਾਹ ਕਰਕੇ ਤੁਰ ਜਾਂਦੇ ਨੇ ਜਿਹੜਾ ਤੁਸੀਂ ਕਹਿੰਦੇ ਹੋ ਯੂਥ ਨੂੰ ਵੀ ਨਹੀਂ ਤੁਸੀਂ ਇਹਨਾਂ ਕਸੂਰਵਾਠ ਠਹਿਰਾ ਸਕਦੇ ਉੱਥੋਂ ਤੱਕ ਮੈਂ ਸਹਿਮਤ ਹਾਂ ਯੂਥ ਨੂੰ ਜੇ ਤੁਸੀਂ ਪੂਰੀ ਤਰ੍ਹਾਂ ਕਸੂਰਵਾ ਨਹੀਂ ਠਹਿਰਾ ਸਕਦੇ ਤਾਂ ਬਹੁਤ ਸਾਰੇ ਮੇਰੇ ਖੁਦ ਦੀ ਮਿਸਾਲ ਦੇ ਦੋ ਮੈਂ ਜ਼ਿੰਦਗੀ ਚ ਕੋਈ ਨਸ਼ਾ ਨਹੀਂ ਕੀਤਾ ਬਿਲਕੁਲ ਸਰ ਤੇ ਨਸ਼ਾ ਵਿਰੋਧੀ ਸਟੇਜਾਂ ਤੇ ਮੈਂ 500 ਤੋਂ ਜ਼ਿਆਦਾ ਬੋਲ ਚੁੱਕਾ ਬਿਲਕੁਲ ਇਸ ਲਈ ਉਹ ਸੂਟੇ ਵਾਲੇ ਵੀ 217 ਕਰ ਲਈਏ ਸਾਂਝੇ ਹਾਂਜੀ ਹਾਂਜੀ ਉਹ ਸੁਣਾਣਾ ਜ਼ਰੂਰੀ ਹੂੰ ਹੋ ਜਿਹੜੇ ਰੀਸ ਫੱਕਰ ਦੀ ਕਰਦੇ ਓਏ ਸਭ ਝੂਠੇ ਨੇ ਸਾਰੀ ਦੁਨੀਆ ਚੂਮਣ ਲਾਤੀ ਓ ਚੰਦਰੇ ਸੂਟੇ ਨੇ ਹਾਂ ਦੁਨੀਆ ਚੂਮਣ ਲਾਤੀ ਓ ਚੰਦਰੇ ਸੂਟੇ ਨੇ ਹੋ ਤੇਰੀ ਤਾਂ ਮੋਜ ਲੋਕਾਂ ਨੇ ਆਮ ਕੀਤਾ ਕਹਿੰਦੇ ਪ੍ਰਸ਼ਾਦ ਖਾ ਤੇਰਾ ਤੈਨੂੰ ਬਦਨਾਮ ਕੀਤਾ ਇਹ ਉਦੋਂ ਲਾਈਨਾਂ ਲਿਖੀਆਂ ਸੀਗੀਆਂ ਜਦੋਂ ਸਾਡੇ ਬਾਰ ਦੇ ਅੱਗੇ ਮੁੰਡੇ ਬੈਠੇ ਸੀ ਤੋਂ ਉਸ ਏਕਟਾ ਪਰ ਕੀ ਪੀ ਰਹੇ ਸੀ ਦੋ ਇਕੱਠੀਆਂ ਵਿੱਚ ਪਤਨ ਕੀ ਪਾਰੇ ਸੀ ਉਹਦੇ ਮੈਂ ਇਹਨਾਂ ਨੂੰ ਕਹਾਂ ਮੈਂ ਕਿ ਯਾਰ ਤੁਸੀਂ ਕਿਉਂ ਨਸ਼ਾ ਕਰਦੇ ਹੋ ਕਹਿੰਦੇ ਜਾ ਯਾਰ ਕਹਿੰਦਾ ਤੈਨੂੰ ਨਹੀਂ ਪਤਾ ਕਹਿੰਦਾ ਇਹ ਭੋਲੇ ਦਾ ਪ੍ਰਸ਼ਾਦ ਉਹਨਾਂ ਦੀ ਉਹ ਦੇਵੀ ਦੇਵਤਾ ਦੀ ਮੌਜ ਸੀ ਤੇ ਆਪਾਂ ਉਹਨੂੰ ਸ਼ੌਂਕ ਨਾਲ ਲੈ ਰਹੇ ਆ ਉਸ ਉੱਥੋਂ ਲੈਣਾ ਲਿਗਿਆ ਸੀ ਹੋ ਤੇਰੀ ਤਾਂ ਮੌਜ ਲੋਕਾਂ ਨੇ ਆਮ ਕੀਤਾ ਕਹਿੰਦੇ ਪ੍ਰਸ਼ਾਦ ਹੈ ਤੇਰਾ ਤੈਨੂੰ ਬਦਨਾਮ ਕੀਤਾ ਹੋ ਕਹਿੰਦੇ ਸਲਫਾ ਪੀ ਕੇ ਹੋ ਕਹਿੰਦੇ ਸਲਫਾ ਪੀ ਕੇ ਆਉਂਦੇ ਓਏ ਮਸਤੀ ਦੇ ਝੂਟੇ ਨੇ ਸਾਰੀ ਦੁਨੀਆ ਚੂਮਣ ਲਾਤੀ ਓ ਚੰਦਰੇ ਸੂਟੇ ਨੇ ਹਾਂ ਚੰਦਰੇ ਸੂਟੇ ਨੇ ਹੋ ਚੰਦਰੇ ਸੂਟੇ ਨੇ ਬਿਨਾ ਸ਼ੱਕ ਦਰਸ਼ਨ ਜੀ ਜੀ ਅੱਜ ਨਸ਼ੇ ਨੇ ਘਰਾਂ ਦੇ ਘਰ ਬਰਬਾਦ ਕਰਤੇ ਬਿਲਕੁਲ ਅੱਜ ਪਿਓ ਹੱਥੋਂ ਇਕਲੋਤੇ ਪੁੱਤਰ ਦਾ ਕਤਲ ਇਕਲੋਤੇ ਪੁੱਤਰ ਹੱਥੋਂ ਮਾਂ ਜਾਂ ਪਿਓ ਦਾ ਕਤਲ ਸਕੇ ਭਰਾ ਦਾ ਕਤਲ ਉਹ ਗੱਲਾਂ ਚਲੀਆਂ ਗਈਆਂ ਜਦੋਂ ਜਦੋਂ ਪੈਂਦੀ ਆ ਤਰੀਕ ਕਿਸੇ ਜੱਟ ਦੀ ਕਚੈਰੀਆਂ 'ਚ ਮੇਲੇ ਲੱਗਦੇ ਅੱਜ ਮੇਲੇ ਤਲਾਕ ਦੇ ਲੱਗ ਰਹੇ ਨੇ ਬਿਲਕੁਲ ਸਹੀ ਇਹ ਗੱਲ ਮੰਨ ਨਹੀਂ ਪਾਉਗੇ ਜਿੱਥੇ ਤੱਕ ਤੁਸੀਂ ਆ ਨਸ਼ਿਆਂ ਬਾਰੇ ਗੱਲ ਕੀਤੀ ਹੈ ਕਿਉਂਕਿ ਮੈਨੂੰ ਪਿੰਡਾਂ ਸ਼ਹਿਰਾਂ ਕਸਬਿਆਂ 'ਚ ਜਾਣ ਦਾ ਮੌਕਾ ਮਿਲਦਾ ਸਕੂਲਾਂ ਕਾਲਜਾਂ ਯੂਨੀਵਰਸਿਟੀ ਦੀਆਂ ਸਟੇਜਾਂ ਤੇ ਬੋਲਣ ਦਾ ਮੌਕਾ ਮਿਲਦਾ ਮੈਂ ਦੇਖਿਆ ਇਸ ਪਾਸੇ ਜਿਹੜਾ ਤੁਹਾਡਾ ਗਾਇਕੀ ਵਾਲਾ ਰੁਝਾਨ ਹੈ ਨਾ ਉਹਨਾਂ ਨੂੰ ਚਾਹੀਦਾ ਹੈ ਕਿ ਨਸ਼ਿਆਂ ਵਾਲੇ ਪਾਸੋਂ ਨੌਜਵਾਨਾਂ ਨੂੰ ਵਰਜ ਕੇ ਨੈਤਿਕਤਾ ਨਾਲ ਜੋੜਨ ਸੱਭਿਆਚਾਰ ਨਾਲ ਜੋੜਨ ਖੇਡਾਂ ਨਾਲ ਜੋੜਨ ਵਾਤਾਵਰਣ ਨਾਲ ਜੋੜਨ ਆਪਣਾ ਜਾਂਦੇ ਜਾਂਦੇ ਕੀ ਸਨੇਹ ਦੇਣਾ ਚਾਹੁੰਦੇ ਹੋ ਤੁਸੀਂ ਆਪਾਂ ਨੂੰ ਕਿਉਂਕਿ ਸਮਾਂ ਆਜਾਤ ਨਹੀਂ ਦੇ ਰਿਹਾ ਤੁਸੀਂ ਨੌਜਵਾਨ ਪੀੜੀ ਨੂੰ ਤੇ ਸਮਾਜ ਨੂੰ ਕੀ ਸਨੇਹ ਦੇਣਾ ਚਾਹੁੰਨਾ ਸਨੇਹਾ ਸਰ ਹਮੇਸ਼ਾ ਇੱਕ ਹੀ ਹੁੰਦਾ ਆਪਣਾ ਕਿਉਂਕਿ ਬੁਰੇ ਕੰਮਾਂ ਨੂੰ ਛੱਡ ਕੇ ਚੰਗੇ ਕੰਮਾਂ ਵੱਲ ਆਓ ਨੌਜਵਾਨ ਜਿਹੜਾ ਯੂਥ ਹੈ ਉਹ ਬੜਾ ਅੱਗੇ ਆ ਰਿਹਾ ਹੁਣ ਇਹ ਕੋਈ ਸ਼ੱਕ ਨਹੀਂ ਦੇ ਵਿੱਚ ਕਿਉਂਕਿ ਸਾਨੂੰ ਜਦੋਂ ਬਾਹਰ ਸਟੇਜਾਂ ਤੇ ਜਾਂਦੇ ਆ ਪ੍ਰੋਗਰਾਮਾਂ ਤੇ ਜਾਂਦੇ ਆ ਧਰਮਿਆਂ ਤੇ ਜਾਂਦੇ ਆ ਵੇਖਣ ਨੂੰ ਮਿਲਦਾ ਯੂਥ ਬਹੁਤ ਅੱਗੇ ਆ ਰਿਹਾ ਬਸ ਮੈਂ ਇਹੀ ਗੁਜਾਰਿਸ਼ ਕਰੂੰਗਾ ਕਿ ਆਪਣੇ ਮਾਪੇ-ਵਾਪੇ ਦੀ ਸੇਵਾ ਕਰੋ ਸਭ ਤੋਂ ਪਹਿਲਾਂ ਜਦੋਂ ਆਪਾਂ ਕਿਸੇ ਧਾਰਮਿਕ ਸਥਾਨ ਤੇ ਵੀ ਜਾਂਦੇ ਹਾਂ ਤੁਸੀਂ ਆਪਦੇ ਮਾਪੇ ਉਹਨੂੰ ਧੱਕਾ ਮਾਰ ਕੇ ਆਪਦੀ ਮਾਂ ਨੂੰ ਧੱਕਾ ਮਾਰ ਕੇ ਕਹਿੰਦੇ ਵੀ ਮੈਂ ਚੰਤਾਪੁਰਨੀ ਮਾਤਾਂ ਤੇ ਚੱਲਿਆ ਆਂ ਆਪਦੇ ਪਿਓ ਨੂੰ ਧੱਕਾ ਮਾਰ ਕੇ ਕਹਿੰਦੇ ਵੀ ਮੈਂ ਗੁਰਦੁਆਰੇ ਚੱਲਿਆ ਮੈਂ ਸ਼ਬੀਰ ਲਾਉਣੀ ਆ ਸਭ ਤੋਂ ਪਹਿਲਾਂ ਤੁਹਾਡਾ ਮਾਪੇ-ਪਿਓ ਆ ਮੈਂ ਮੇਰੇ ਹਰੇਕ ਪ੍ਰੋਗਰਾਮ ਚ ਮੈਂ ਜਿਸ ਜਿਸ ਵੀ ਦੇਵੀ-ਦੇਵਤੇ ਜਿੱਥੇ ਵੀ ਜਾਣਾ ਮੰਨ ਲਓ ਮੈਂ ਪ੍ਰੋਗਰਾਮ ਜਿੱਥੇ ਵੀ ਲਾਉਣਾ ਖੁਸ਼ੀ-ਗਮੀ ਦਾ ਕੋਈ ਵੀ ਜਿੱਥੇ ਵੀ ਲਾਉਣਾ ਮੈਂ ਮੇਰੀ ਇੱਕ ਹੀ ਉਥੇ ਦੇ ਵੀ ਆਪਦੇ ਮਾਪੇ-ਪਿਓ ਇਹ ਜਹਾਨ ਦਿਖਾਇਆ ਤੁਹਾਨੂੰ ਸਾਹ ਚੱਲ ਰਿਹਾ ਤੁਹਾਡੇ ਸਭ ਤੋਂ ਪਹਿਲਾਂ ਉਹਦੀ ਮਾਂ ਪਿਓ ਦੀ ਸੇਵਾ ਕਰੋ ਅਤੇ ਉਸ ਤੋਂ ਬਾਅਦ ਅਗਲਾ ਕੰਮ ਹੈ ਮੈਂ ਤਾਂ ਇਹੀ ਮੇਰਾ ਸੰਦੇਸ਼ ਹੁੰਦਾ ਇਹੀ ਮੈਸੇਜ ਹੁੰਦਾ ਵੀ ਚੰਗੇ ਪਾਸੇ ਆਓ ਤੇ ਮਾੜੇ ਕੰਮਾਂ ਤੋਂ ਬਚੋ ਤੇ ਇਹੀ ਸੰਦੇਸ਼ ਹੈ ਇਹ ਸੰਨ ਦਰਸ਼ਨਜੀਤ ਕੋਟਕਪੂਰਾ ਇਹਨਾਂ ਵੱਲੋਂ ਲਿਖੇ ਗੀਤ ਗਾਏ ਗੀਤ ਇਹਨਾਂ ਵੱਲੋਂ ਸਟੇਜਾਂ ਤੇ ਪੇਸ਼ ਕੀਤੇ ਗਏ ਪ੍ਰੋਗਰਾਮ ਅੱਜ ਵੀ ਅਸਰ ਅੰਦਾਜ਼ ਨੇ ਪ੍ਰਭਾਵੀ ਨੇ ਲੋਕ ਯਾਦ ਕਰਦੇ ਨੇ ਲੋਕ ਇਹਨਾਂ ਦੀ ਮਿਹਨਤ ਤਰਲਾ ਕਰਦੇ ਨੇ ਕਿਸੇ ਪ੍ਰੋਗਰਾਮ ਚ ਬੁੱਕ ਕਰਨ ਲਈ ਸੋ ਦਰਸ਼ਨਜੀਤ ਜੀ ਤੁਸੀਂ ਆਏ ਸਟੂਡੀਓ ਚ ਤੁਹਾਡਾ ਇੱਕ ਵਾਰੀ ਫੇਰ ਧੰਨਵਾਦ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤੁਸੀਂ ਮੈਨੂੰ ਇਹਨੇ ਲਾਈਕ ਸਮਝਿਆ ਕਿਉਂਕਿ ਤੁਸੀਂ ਆਪ ਬਹੁਤ ਨੇਕ ਇਨਸਾਨ ਹੋ ਆਪ ਸੁਲਝੇ ਹੋਏ ਇਨਸਾਨ ਹੋ ਤੇ ਤੁਸੀਂ ਮੈਨੂੰ ਆਪਦੇ ਸਟੂਡੀਓ ਚ ਆਉਣ ਦਾ ਮੌਕਾ ਦਿੱਤਾ ਤਦੋਂ ਦਾ ਬਹੁਤ-ਬਹੁਤ ਧੰਨਵਾਦ ਤੁਹਾਡੀ ਸਾਰੀ ਟੀਮ ਦਾ ਬਹੁਤ-ਬਹੁਤ ਪਿਆਰੇ ਦਰਸ਼ਕੋ ਦਰਸ਼ਨਜੀਤ ਕੋੜਕਪੂਰਾ ਦਾ ਇਹ ਪ੍ਰੋਗਰਾਮ ਤੁਹਾਨੂੰ ਕਿਵੇਂ ਲੱਗਾ ਤੁਸੀਂ ਟਿੱਪਣੀਆਂ ਜ਼ਰੂਰ ਕਰਨੀਆਂ ਨੇ ਵੱਧ ਤੋਂ ਵੱਧ ਤੁਸੀਂ ਪ੍ਰਤੀਕਰਮ ਦੇਣੇ ਨੇ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਇਹ ਤੁਹਾਡੀ ਡਿਊਟੀ ਬਣਦੀ ਹੈ ਫਿਰ ਮਿਲਾਂਗੇ ਕਿਸੇ ਹੋਰ ਵਿਸ਼ੇ ਨਾਲ ਕਿਸੇ ਹੋਰ ਸ਼ਖਸੀਅਤ ਨਾਲ ਉਦੋਂ ਤੱਕ ਇਆਜਤ ਦਿਓ ਸਤਿ ਸ੍ਰੀ ਅਕਾਲ ਜੀ